ਰੇਡੀਓ ਸਿਟੀ ਦੇਖ ਰਹੇ ਹੋ, ਸੁਣਦੇ ਤਾਂ ਹੈਗੇ ਹੀ ਹੋ। ਮੈਂ ਹਾਂ ਜੀ ਆਰਜੇ ਦੀ ਬੈਂਡ, ਜਲੰਧਰ ਸ਼ਹਿਰ ਦੇ ਕੋਨੇ ਕੋਨੇ ਦੇ ਵਿੱਚ ਜ਼ਾਇਕਾ ਕੀ ਹੈ। ਅਕਸਰ ਤੁਹਾਨੂੰ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਖਾਣ ਪੀਣ ਦੇ ਲਜ਼ੀਜ਼ ਪਕਵਾਨ ਦਿਖਾਉਂਦਾ, ਲੇਕਿਨ ਅੱਜ ਥੋੜ੍ਹਾ ਮਿੱਠਾ ਹੋ ਜਾਏ। ਅੱਜ ਮੈਂ ਆਇਆ ਹੋਇਆ ਕ੍ਰਿਮਿਕਾ ਸਵੀਟਸ। ਕ੍ਰਿਮਿਕਾ ਸਵੀਟਸ ਐਸੀ ਜਗ੍ਹਾ ਜੋ ਕਿ ਜਲੰਧਰ ਸ਼ਹਿਰ ਦੇ ਵਿੱਚ ਬੜੀ ਮੰਨੀ ਪਰਮੰਨੀ ਹੈ। ਹਰ ਤਰ੍ਹਾਂ ਦਾ ਫੂਡ ਮਿਲਦਾ ਇੱਥੇ, ਆਈਸ ਕ੍ਰੀਮਸ ਬੜੀਆਂ ਡਿਫਰੈਂਟ ਮਿਲਦੀਆਂ ਨੇ। ਸੋ ਅਸੀਂ ਹੁਣ ਐਂ ਕਰਨਾ ਆ, ਜਾ ਕੇ ਪਹਿਲਾਂ ਤਾਂ ਇਹਨਾਂ ਦੇ ਆਉਂਦੇ ਕੋਲ ਪੁੱਛਾਂਗੇ ਕਿ ਖਾਸ ਖਾਸ ਕੀ ਹੈ, ਕ੍ਰਿਮਿਕਾ ਦੀ ਹਿਸਟਰੀ ਕੀ ਹੈ। ਆ ਜਾਓ ਫਿਰ ਕਰਦੇ ਹਾਂ ਗੱਲ। ਹੁਣ ਇੱਥੇ ਹੀ ਸਾਡੇ ਨਾਲ ਸੁਸ਼ੀਲ ਕੁਮਾਰ ਨੇ, ਜੋ ਕਾਫੀ ਦੇਰ ਤੋਂ ਇਸ ਦੁਕਾਨ ਨੂੰ ਚਲਾ ਰਹੇ ਆ, ਇਸ ਵਧੀਆ ਵਧੀਆ ਲਜ਼ੀਜ਼ ਪਕਵਾਨ ਨੂੰ ਜਲੰਧਰ ਸ਼ਹਿਰ 'ਚ ਸਰਵ ਕਰ। ਸਰ, ਕ੍ਰਿਮਿਕਾ ਨੂੰ ਖੁੱਲ੍ਹਿਆ ਕਿੰਨਾ ਟਾਈਮ ਹੋ ਗਿਆ? ਕ੍ਰਿਮਿਕਾ ਖੁੱਲ੍ਹਿਆ ਸਰ ਜੀ 69 ਦੇ ਚੱਲ ਰਹੀ ਹੈ। ਓਕੇ, 69 ਦੀ। ਐਂਡ ਸਭ ਤੋਂ ਜ਼ਿਆਦਾ ਮਸ਼ਹੂਰ ਖਾਸ ਕੀ ਹੈ ਇਸ ਜਗ੍ਹਾ ਦਾ ਖਾਣਾ, ਜੋ ਮਤਲਬ ਅੱਗੇ ਪੂਰੇ ਜਲੰਧਰ ਸ਼ਹਿਰ 'ਚ ਫੇਮਸ ਹੈ? ਸਰ, ਸਾਰੀਆਂ ਹੀ ਆਈਟਮਾਂ ਵਧੀਆ ਨੇ, ਜੋ ਜ਼ਿਆਦਾ ਆਈਟਮਾਂ ਚੱਲਦੀਆਂ ਆਪਣੇ ਫਲੂਦਾ ਰਬੜੀ ਗਲਾਸ ਔਰ ਸਪੈਸ਼ਲ ਡਰਾਈ ਫਰੂਟ ਆਈਸ ਕ੍ਰੀਮ। ਓਕੇ, ਜਿੱਦਾਂ ਕਿ ਪ੍ਰੋਟੀਨ ਵੀ ਆ, ਔਰ ਜਿੱਦਾਂ ਕਿ ਅੱਜ ਕੱਲ੍ਹ ਸਰਦੀਆਂ ਦਾ ਸੀਜ਼ਨ ਹੈ, ਉਹਦੇ ਲਈ ਗਜਰੇਲਾ, ਗੁਲਾਬ ਜਾਮੁਨ, ਅਲਸੀ ਦੀ ਪਿੰਨੀ, ਦਾਲ ਦੀ ਪਿੰਨੀ ਵਗੈਰਾ ਵੀ ਕਾਫੀ ਅੱਛੀ ਆ, ਔਰ ਕਸਟਮਰ ਕਾਫੀ ਲਾਈਕ ਕਰਦੇ ਨੇ। ਹੁਣ ਇੰਨੀਆਂ ਜ਼ਿਆਦਾ ਡਿਸ਼ਿਜ਼ ਗਿਣਾਤੀਆਂ ਨੇ, ਮੇਰੇ ਕੋਲ ਤਾਂ ਢਿੱਡ ਭਰ ਜਾਣਾ, ਦੇਖ ਕੇ ਵੀ ਭਰਨਾ, ਖਾ ਕੇ ਭਾਵੇਂ ਨਾ ਭਰੇ, ਪਰ ਅੰਦਰੋਂ ਹਾਂ ਹੁਣ। ਪਰ ਜਿਵੇਂ ਕਿ ਸਰਦੀਆਂ ਸ਼ੁਰੂ ਹੋ ਰਹੀਆਂ ਨੇ, ਤਾਂ ਮੈਂ ਗਜਰੇਲਾ ਟੇਸਟ ਕਰਕੇ ਜ਼ਰੂਰ ਦੇਖਾਂਗਾ, ਟੇਸਟ ਲੈ ਕੇ ਦੇਖਾਂਗਾ ਕਿ ਕਿੱਦਾਂ ਦਾ ਲਜ਼ੀਜ਼ ਪਕਵਾਨ ਹੈਗਾ। ਪੰਜਾਬੀ ਬੰਦਾ ਹੋਵੇ ਅਤੇ ਉਹਨੂੰ ਖਾਣ ਪੀਣ ਨੂੰ ਵਧੀਆ ਚੀਜ਼ ਮਿਲਦੀ ਰਹੇ ਨਾ, ਪੰਜਾਬ ਸਵਰਗ ਆ ਉਹਦੇ ਵਾਸਤੇ। ਅਤੇ ਜਲੰਧਰ ਆ ਰਹੇ ਹੋ ਤਾਂ ਜੇ ਤੁਸੀਂ ਗਜਰੇਲਾ, ਗੁਲਾਬ ਜਾਮੁਨ ਇਹ ਨਾ ਖਾਧੇ, ਫਿਰ ਪੰਜਾਬ ਆਉਣ ਦਾ ਫਾਇਦਾ ਹੀ ਕੋਈ ਨਹੀਂ। ਖਾਸ ਕਰਕੇ ਜਲੰਧਰ ਸ਼ਹਿਰ 'ਚ ਜੇ ਆਏ ਹੋ ਤਾਂ ਕ੍ਰਿਮਿਕਾ ਸਵੀਟਸ ਜ਼ਰੂਰ ਆਉਣਾ ਹੈ। ਐਡੀ ਸਹੀ ਜਗ੍ਹਾ, ਐਡਾ ਸਹੀ ਲਜ਼ੀਜ਼ ਪਕਵਾਨ। ਇੱਕ ਮਿੰਟ ਮੈਂ ਟੇਸਟ ਕਰਨਾ ਪਹਿਲਾਂ, ਬਾਕੀ ਗੱਲ ਬਾਅਦ 'ਚੋਂ। ਨਜ਼ਾਰੇ ਬਈ, ਤੁਹਾਡਾ ਆਉਣਾ ਪੱਕਾ, ਹੁਣ ਉੱਥੇ ਆਇਓ ਜ਼ਰੂਰ, ਮੈਂ ਤਦ ਤੱਕ ਖਾ ਲਵਾਂ। ਐਂਡ ਬਾਕੀ ਦਾ ਕੋਈ ਵੀ ਲਜ਼ੀਜ਼ ਪਕਵਾਨ, ਵਧੀਆ ਜਿਹਾ ਜ਼ਾਇਕਾ ਹੋਏਗਾ ਜਲੰਧਰ ਸ਼ਹਿਰ ਦਾ, ਦੁਬਾਰਾ ਰੂਬਰੂ ਜ਼ਰੂਰ ਕਰਵਾਵਾਂ। ਤਦ ਤੱਕ ਸੁਣਦੇ ਰਹਿਣਾ, ਦੇਖਦੇ ਰਹਿਣਾ ਰੇਡੀਓ ਸਿਟੀ। ਮੈਂ ਹੈਗਾ ਦੀਪ, ਸਾਈਨਿੰਗ ਆਫ, ਰਗ ਰਗ 'ਚ ਜਲੰਧਰ ਸਿਟੀ ਆ ਜੀ।